कि मुख्यमंत्री भगवंत मान जी कि तुसी पंजाब दे लोकां नूं पंजाब दे मुलाजमां दे राही इह सुनेहा दे के इह कह के कि असी पंजाब दे विच एक ऐसा राज स्थापित करना जिस राज दे विच पंजाब दे लोकां नूं रुजगार मुहैया कराउणा है। ਉਹ ਰੁਜ਼ਗਾਰ ਮੁਹੱਈਆ ਕਰਾਉਣ ਦੇ ਬਹਾਨੇ ਤੁਸੀਂ ਲੋਕਾਂ ਤੋਂ ਰਾਜ ਸੱਤਾ ਦੀ ਕੁਰਸੀ ਦੇ ਉੱਤੇ ਆ ਕੇ ਬੈਠੇ ਪਰ ਲੇਕਿਨ ਅੱਜ ਕਰ ਕੀ ਰਹੇ ਕਿ ਤੁਹਾਡਾ ਇੱਕ ਸਾਲ ਦਾ ਸਮਾਂ ਇਹ ਦਰਸਾ ਰਿਹਾ ਕਿ ਤੁਸੀਂ ਕਿਰਤੀਆਂ ਦੇ ਟੈਕਸ ਦੇ ਰਾਹੀਂ ਵਸੂਲੇ ਹੋਏ ਪੈਸਿਆਂ ਦੇ ਵਿੱਚੋਂ ਲੋਕਾਂ ਨੂੰ ਰੁਜ਼ਗਾਰ ਦਾ ਕੀ ਮੁਹੱਈਆ ਕਰਾਉਣਾ ਸੀ। ਤੁਸੀਂ ਉਸ ਪੈਸੇ ਨੂੰ ਆਪਣੀ ਸਰਕਾਰ ਦੀ ਫੋਕੀ ਸ਼ੋਹਰਤ ਵਾਸਤੇ ਇਸ਼ਤਿਹਾਰਾਂ ਦੇ ਵਿੱਚ ਵਰਤਣਾ ਸ਼ੁਰੂ ਕੀਤਾ ਜਿਹੜਾ ਪ੍ਰਤੱਖ ਹੋ ਗਿਆ। ਇਸ ਕਰਕੇ ਤੁਹਾਨੂੰ ਇਹ ਮੁਲਾਜ਼ਮ ਦੱਸਣ ਵਾਸਤੇ ਆਇਆ ਕਿ ਤੁਸੀਂ ਉਸ ਰਸਤੇ ਦੇ ਉੱਤੇ ਨਾ ਤੁਰੋ ਜਿਸ ਰਸਤੇ ਦੇ ਉੱਤੇ ਪਹਿਲਾਂ ਹਕੂਮਤਾਂ ਤੁਰੀਆਂ। ਤੁਸੀਂ ਲੋਕਾਂ ਨੂੰ ਕੁਝ ਹੋਰ ਕਹਿ ਕੇ ਆਏ, ਤੁਸੀਂ ਕਹਿ ਕੇ ਆਇਆ ਕਿ ਅਸੀਂ ਜਿਹੜਾ ਇੱਥੋਂ ਦਾ ਜਿਹੜਾ ਸਾਡਾ ਬ੍ਰੇਨ ਆ ਜਿਹੜਾ ਇੱਥੋਂ ਡਰੇਨ ਹੋ ਰਿਹਾ ਉਹਨੂੰ ਰੋਕਣਾ, ਉਹਨੂੰ ਇਸ ਤਰ੍ਹਾਂ ਨਹੀਂ ਰੋਕਿਆ ਜਾ ਸਕਦਾ, ਉਹਨੂੰ ਇਸ ਤਰ੍ਹਾਂ ਨਹੀਂ ਰੋਕਿਆ ਜਾ ਸਕਦਾ ਕਿ ਜੇ ਪੰਜਾਬ ਦੇ ਅਧਿਆਪਕ ਰੁਜ਼ਗਾਰ ਮੰਗਦੇ ਹੋਣ ਤਾਂ ਤੁਸੀਂ ਉਹਨਾਂ ਨੂੰ ਸੰਗਰੂਰ ਚ ਕੁੱਟੋ। ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਨੂੰ ਦਫ਼ਾ ਕਰੋ, ਝੂਠੀ ਸਰਕਾਰ ਮੁਰਦਾਬਾਦ, ਮੁਰਦਾਬਾਦ ਲੋਕਾਂ ਨਾਲ ਧੋਖਾ ਕਰਨ ਵਾਲੀ ਸਰਕਾਰ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ ਮੁਲਾਜ਼ਮ ਪੈਨਸ਼ਨ ਫਰੰਟ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ ਸਾਡਾ ਏਕਾ ਜਿੰਦਾਬਾਦ, ਜਿੰਦਾਬਾਦ ਜਿੰਦਾਬਾਦ। ਮੁੱਖ ਮੰਤਰੀ ਜੀ ਤੁਸੀਂ ਕਰਿਆ ਕੀ ਜੇ ਤੁਹਾਤੋਂ ਲੋਕਾਂ ਨੇ ਰੁਜ਼ਗਾਰ ਮੰਗਿਆ ਤਾਂ ਤੁਸੀਂ ਪੰਜਾਬ ਦੀਆਂ ਧੀਆਂ ਦੀਆਂ ਚੁੰਨੀਆਂ ਸੰਗਰੂਰ ਚਲਾਉਣੀਆਂ ਜਿਹੜੀ ਕੱਲ ਘਟਣਾ ਵਾਪਰੀ, ਔਰ ਤੁਸੀਂ ਇੱਕ ਪਾਸੇ ਕਹਿ ਰਹੇ ਕਿ ਅਸੀਂ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਣਾ। ਅੱਜ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ 37 ਕਾਲਜ ਇੱਕ ਹਫ਼ਤੇ ਤੋਂ ਲਗਾਤਾਰ ਸਟ੍ਰਾਈਕ ਤੇ ਆ। ਤੁਸੀਂ ਖਾਸ ਕਰਕੇ ਇਸ ਗੱਲ ਦੇ ਲਈ ਪੰਜਾਬ ਦੇ ਲੋਕਾਂ ਨਾਲ ਧੋਖਾ ਕਮਾ ਰਹੇ ਆ ਕਿ ਤੁਸੀਂ ਕਹਿ ਕੇ ਕੁਛ ਹੋਰ ਆਏ, ਔਰ ਤੁਸੀਂ ਕਰ ਹੋ ਰਹੇ ਆ ਕਿ ਤੁਸੀਂ ਕਾਰਪੋਰੇਟਾਂ ਦੇ ਹਵਾਲੇ 2020 ਦੀ ਸਿੱਖਿਆ ਨੀਤੀ ਦੇ ਤਹਿਤ ਪੰਜਾਬ ਦੀ ਸਿੱਖਿਆ ਨੂੰ ਵੇਚ ਰਹੇ ਆ।